हेलो फ्रेंड्स वेलकम टू आवर पास कोचिंग चैनल आज हम इकोनॉमिक एक्टिविटी नॉन इकोनॉमिक एक्टिविटी डिफेंस के बारे में डिस्कस करेंगे इससे पहले वाली वीडियो में हमने पहले फर्स्ट वीडियो में ह्यूमन एक्टिविटी बारे में डिस्कस किया था जो उसकी दो टाइप्स होती हैं कौन सी कौन सी इकोनॉमिक एक्टिविटी नॉन इकोनॉमिक एक्टिविटी फिर सेकेंड वीडियो में हमने क्या डिस्कस किया था बिजनेस प्रोफेशन एम्प्लॉयमेंट का डिफरेंस का डिस्कस किया था और नॉन इकोनॉमिक एक्टिविटी के क्या डिस्कस किया था आज की वीडियो में हम क्या करेंगे डिस्कस इकोनॉमिक और नॉन इकोनॉमिक एक्टिविटी में डिफरेंस क्या है इकोनॉमिक एक्टिविटी मीनिंग इकोनॉमिक एक्टिविटी हम टॉपिक में बताया था भी इकोनॉमिक एक्टिविटी मेन एम क्या होता है उसका मुख्य उद्देश्य है अर्न मनी करना होता है अर्निंग इनकम जबकि नॉन इकोनॉमिक एक्टिविटी का मुख्य उद्देश्य क्या होता है अपनी साइकोलॉजिकल्स लेजर्स प्लाज वास्ते रिलीजियस नेचर वास्ते की एक्टिविटी की जाती है जिनका मुख्य उद्देश्य क्या है पैसा कमाना नहीं होता मीनिंग दिस एक्टिविटी आर अंडरटेकन टू अर्न इनकम टू मीट ਮਟੀਰੀਅਲ ਨੀਡਸ ਜਿਹੜੀ ਐਕਟੀਵਿਟੀ ਹੈ ਇਹ ਮੁੱਖ ਉਦੇਸ਼ ਕੀ ਹੈ ਪੈਸਾ ਕਮਾਉਣ ਲਈ ਕੀਤੀ ਜਾਂਦੀ ਹੈ ਜਿਸ ਨਾਲ ਆਪਣੀਆਂ ਕਿ ਜੁਰਤਾਂ ਨੂੰ ਕੀ ਹੋ ਸਕਣ ਪੂਰੀਆਂ ਹੋ ਸਕਣ ਨਾਨ ਇਕਨੋਮੀ ਐਕਟੀਵਿਟੀ ਥਿਸ ਐਕਟੀਵਿਟੀ ਆਰ ਆਫ ਸੋਸ਼ਲ ਐਂਡ ਰਿਲੀਜੀਅਨ ਨੇਚਰ ਜਿਹੜੀ ਐਕਟੀਵਿਟੀ ਇਨ ਦਾ ਸਮਾਜਿਕ ਧਾਰਮਿਕ ਨੇਚਰ ਨਾਲ ਰਿਲੇਟਡ ਹੁੰਦੀ ਹੈ ਪਰਪਸ ਥਿਸ ਐਕਟੀਵਿਟੀ ਆ ਪਰਸੂਡ ਵਿਦ ਇਕਨੋਮਿਕ ਮੋਟਿਵ ਜਿਹੜੀ ਐਕਟੀਵਿਟੀ ਹੈ ਇਹ ਆਰਥਿਕ ਉਦੇਸ਼ ਲਈ ਕੀਤੀ ਜਾਂਦੀ ਹੈ ਆਰਥਿਕ ਵਿਦੇਸ਼ ਵਿੱਚ ਪੈਸੇ ਕਮਾਉਣ ਲਈ ਦੇ ਆਰ ਅੰਡਰਟੇਕਨ ਫੋਰ ਜਨਰੇਸ਼ਨ ਆਫ ਇਨਕਮ ਐਂਡ ਵੈਲਥ ਇਹ ਕਿਸ ਦੇ ਅੰਦਰ ਘਟ ਹੈ ਇਹ ਇਨਕਮ ਜਨਰੇਟ ਕਰਨ ਅਤੇ ਤੁਹਾਨੂੰ ਨੁਕੀਆ ਪੈਦਾ ਕਰਨ ਵਿੱਚ ਕਿਤੇ ਹੈਲਪ ਕਰਦੀ ਹੈ ਇਹ ਐਕਟੀਵਿਟੀ ਆਰ ਅੰਡਰਟੇਕਨ ਵਿਦ ਸੋਸ਼ਲ ਕਲਚਰ ਰਿਲੀਜੀਅਸ ਐਂਡ ਰੀਕ੍ਰੀਏਸ਼ਨਲ ਮੋਟਿਵਜ਼ ਕਿਨ ਇਹਨਾਂ ਦਾ ਮੁੱਖ ਉਦੇਸ਼ ਇਹ ਐਕਟੀਵਿਟੀ ਕੀਆ ਕਰਨਾ ਸਮਾਜਿਕ ਧਾਰਮਿਕ ਨਾਲ ਕੀ ਹੁੰਦਾ ਹੈ ਇਹਨਾਂ ਦਾ ਸਬੰਧ ਹੁੰਦਾ ਹੈ ਇਹ ਜਿਨ੍ਹਾਂ ਦਾ ਮੁੱਖ ਉਦੇਸ਼ ਮਨ ਦੀ ਸ਼ਾਂਤੀ ਲਈ ਕੀਤਾ ਜਾਂਦਾ ਹੈ ਉਹਦੀ ਸਰਟੀਫਿਕੇਸ਼ਨ ਵਾਸਤੇ ਸਕੋਪ ਐਕਟੀਵਿਟੀ ਮੇਕ ਟੇਕ پلیਸ ਬਿਟਵੀਨ এমਪਲॉयर्स ਐਂਡ এমਪਲਾਈਸ ਦੇਖੋ ਆਪਣੇ ਕੋਲ ਇਕਨੋਮੀ ਐਕਟੀਵਿਟੀ ਚ 3 ਪਾਰਟ ਆਉਂਦੇ ਨੇ ਦਾ ਬਿジネス professions employment ਬਿジネス ਦੇ ਵਿੱਚ ਦਾ ਬਿジネス professions ਦੇ ਵਿੱਚ ਕੀ ਸੀਏ ਵਗੈਰਾ ਐਲਐਲਬੀ ਵਗੈਰਾ ਆ ਜਿਹੜੇ ਆਪਣੇ ਕੋਲ ਵਕੀਲ ਵਗੈਰਾ ਆਉਂਦੇ ਆ ਤੇ ਡਾਕਟਰ ਆਉਂਦੇ ਆ ਜਦ ਕਿ ਆਪਣੇ employment ਚ ਕਿਹਨੋਂ ਦਾ এমਪਲਾਈ ਤੇ এমਪਲਾਈ ਕਹਿੰਦੇ ਐਕਟੀਵਿਟੀ ਕੀ ਹੈ এমਪਲਾਇਰ ਐਂਡ ਐਪਲਾਈਸ ਦੇ ਵਿਚਕਾਰ ਪ੍ਰੋਡਿਊਸਰ ਐ ਕੰਜ਼ਿਊਮਰ ਐ ਬਿਜ਼ਨਸ ਵਿਚਕਾਰ ਆ ਗਿਆ ਅਤੇ ਆਪਣੇ ਕੋਲ ਕੀ ਆ ਗਿਆ ਜਿਹੜੇ ਆਪਣੇ ਕੋਲ profession ਚ ਕੀ ਹੁੰਦਾ ਸਰਵਿਸ ਪ੍ਰੋਵਾਈਡਰ ਐਂਡ ਕਲੈਂਟਸ ਸਰਵਿਸ ਪ੍ਰੋਵਾਈਡਰ ਐਂਡ ਕਲੈਂਟਸ ਨਾਨ ਇਕਨੋਮਿਕ ਐਕਟੀਵਿਟੀਆਂ ਮੇਬੀ ਅੰਗ ਮੈਂਬਰਸ ਆਫ ਫੈਮਿਲੀ ਯ ਜਿਹੜੀ ਨਾਨ ਇਕਨੋਮਿਕ ਐਕਟੀਵਿਟੀ ਇੰਦੀ ਹੈ ਪਰਿਵਾਰ ਦੇ ਲੋਕ ਵੀ ਹੋ ਸਕਦੇ ਇਹਨਾਂ ਦੇ ਸਮਾਜਿਕ ਵਰਕਰ ਵੀ ਹੋ ਸਕਦੇ ਦੋਸ ਬਿੰਗ ਸਰਵਡ ਠੀਕ ਹੈ ਸੈਲਫ ਸਰਟੀਫਿਕੇਸ਼ ਇਕਨੋਮਿਕ ਨੀਡਸ ਆ ਪੀਪਲਸ ਸੈਟੀਸਫਾਈ ਇਹ ਆਰਥਿਕ ਲੋੜਾਂ ਕੇ ਲੋਕਾਂ ਦੀ ਆਰਥਿਕ ਲੋੜਾਂ ਕੇ ਸੰਤੁਸ਼ਟ ਹੁੰਦੀ ਹੈ ਇਹਦੇ ਵਿੱਚ ਕਿ ਸਮਾਜਿਕ ਤੇ ਜੇ ਸਾਈਕੋਲੋਜੀਕਲ ਨੀਡਸ ਕੀ ਹੁੰਦੇ ਲੋਕਾਂ ਦੀ ਜਿਹੜੀ ਸਮਾਜਿਕ ਤੇ ਸਾਈਕੋਲੋਜੀਕਲ ਨੀਡਾਂ ਕੀ ਹੁੰਦੀ ਹੈ ਜ਼ਰੂਰਤਾਂ ਪੂਰੀਆਂ ਹੁੰਦੀ ਹੈ ਬਰੀ ਸੰਤੁਸ਼ਟੀ ਮਿਲਦੀ ਹੈ ਨਾਲ ਮਨੀ ਮੈਜ਼ਰਮੈਂਟ ਇਹ ਐਕਟੀਵਿਟੀ ਨੂੰ ਆਪਾਂ ਮਨੀ ਸੇ ਮੈਜ਼ਰ ਕਰ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੈ ਦਾ ਮੁੱਖ ਦੇਸ਼ੀ ਪੈਸਾ ਕਮਾਉਣਾ ਹੁੰਦਾ ਹੈ ਹੈ ਜਦਕਿ ਇਹ ਐਕਟੀਵਿਟੀ ਨੂੰ ਆਪਾਂ ਨੂੰ ਕੀ ਹੈ ਮਨੀ ਚ ਨਹੀਂ ਮੈਜ਼ਰ ਕਰ ਸਕਦੇ ਕਿਉਂਕਿ ਕੀ ਕਿਤੇ ਆਉਂਦਾ ਜਿਵੇਂ ਆਪਾਂ ਕੋਈ ਮੰਦਰ ਜਾਂਦੇ ਆ ਕੋਈ ਸੇਵਾ ਭਾਵਨਾ ਕਰਤੀ ਲੰਗਰ ਚ ਸੇਵਾ ਕਰਤੀ ਆਪਾਂ ਨੇ ਠੀਕ ਹੈ ਆਪਾਂ ਨੇ ਉੱਥੇ ਵਰਤਾਨ ਲਾਗੇ ਲੰਗਰ ਠੀਕ ਹੈ ਉੱਥੇ ਆਪਾਂ ਕੋਈ ਪੈਸਾ ਕਮਾਉਂਦੇ ਨਹੀਂ ਜਾਂਦੇ ਆਪਾਂ ਕਿਤੇ ਧਾਰਮਿਕ ਥਾਂ ਤੇ ਜਾਂਦੇ ਆ ਪ੍ਰੋਗਰਾਮ ਚ ਜਾਂਦੇ ਆ ਤਾਂ ਕਹਿੰਦੇ ਇਹ ਐਕਟੀ ਨੂੰ ਕਿਚ ਨਹੀਂ ਮੈਜ਼ਰ ਕਰ ਸਕਦੇ ਮਨੀ ਚ ਨਹੀਂ ਮੈਜ਼ਰ ਕਰ ਸਕਦੇ ਨੋਨ ਪ੍ਰੋਫਿਟ ਉਹ ਕਹਿੰਦੇ ਐਕਟੀਵਿਟੀ ਇਕਨੋਮਿਕ ਐਕਟੀਵਿਟੀ ਕਿਹਨਾਂ ਲੇਟਰ ਹੁੰਦੇ ਬਿジネス ਨਾਲ ਲੇਟਰ ਹੁੰਦੇ ਬਿジネス ਕੀ ਕੁਛ ਨੇ ਇੰਡਸਟਰੀ ਕਮਰਸ ਟ੍ਰੇਡ ਆ ਜਾਂਦਾ ਐ ਤੇ professions employment ਇਹ ਤੁਹਾਨੂੰ ਦੱਸ ਦਿੱਤੀ ਵੀ ਇਕਨੋਮੀ ਐਕਟੀ 3 ਟਾਈਪ ਦੇ ਹੁੰਦੇ ਬਿジネス professions employment ਇਸ ਕਰਕੇ ਇਕਨੋਮੀ ਐਕਟੀ ਦਾ ਇਹ ਨਾਲ ਲਿੰਕ ਹੁੰਦਾ ਇਹਦਾ ਨਾਨ ਇਕਨੋਮੀ ਐਕਟੀ ਦਾ ਲਿੰਕ ਕਿਹਦਾ ਹੁੰਦਾ ਫੈਮਿਲੀ ਸੋਸ਼ਲ ਰਿਲੀਜੀਅਸ ਰਿਲੇਟਡ ਐਕਟੀਵਿਟੀ ਜਿਹੜੇ ਪਰਿਵਾਰ ਸਮਾਜਿਕ ਤੇ ਧਾਰਮਿਕ ਨਾਲ ਕੀ ਹੁੰਦੇ ਜੇ ਸੰਬੰਧੀ ਕਿਰਿਆਵਾਂ ਹੁੰਦੀ ਉਹਨਾਂ ਨਾਲ ਹੁੰਦਾ ਐਗਜ਼ਾਮਪਲਸ ਪੀਪਲ ਆਰ ਇੰਗੇਜਡ ਇਨ ਮੈਨੂਫੈਕਚਰਸ ਟਰੇਡਰਸ ਪਰ ਫੈਸ਼ਨਸ ਠੀਕ ਹੈ ਪੀਪਲ ਦੇ ਚ ਕੀ ਕੀ ਕਿ ਲੋਕ ਹੁੰਦੇ ਐ ਮੈਨੂਫੈਕਚਰਸ ਆ ਐਂਡ ਦੇ ਆ ਪ੍ਰੋਫੈਸ਼ਨ ਡਾਕਟਰ ਵਗੈਰਾ ਐਡਵੋਕੇਟ ਆ ਐਂਡ ਦੇ ਜੇ ਸਰਵ ਇਨ ਦੇ ਆ ਠੀਕ ਹੈ ਹੋਰ ਕੀ ਆਂਦੇ ਦੇ ਵਿੱਚ এমਪਲੋਇਡ ਐਮਪਲਾਈ ਆ ਜਾਂਦੇ ਆ ਉਹਦੇ ਵਿੱਚ ਕੀ ਆਂਦੇ ਪੀਪਲ ਸਨ ਕਿਜ਼ ਹਾਊਸ ਹੋਲਡ ਐਕਟੀਵਿਟੀਜ਼ ਚੈਰੀ ਟੇਬਲ ਵਰਕਰ ਜਿਹੜੇ ਕੀ ਚਲਾਉਂਦੇ ਦਾਨੀ ਸੰਸਥਾਵਾਂ ਚ ਚਲਾਉਂਦੇ ਆ ਸੋਸ਼ਲ ਵਰਕ ਸਮਾਜੀ ਕੰਮ ਕਰਦੇ ਆ ਵੈਲਫੇਅਰ ਐਕਟੀਵਿਟੀ ਠੀਕ ਹੈ ਉਸ ਤੋਂ ਬਾਅਦ ਕੀ ਕਰਦੇ ਆਪਣੇ ਕੋਰ ਰਿਲੀਜੀਅਸ ਐਕਟੀਵਿਟੀ ਸੋ ਫਰੈਂਡਸ ਹਜੇ ਤੱਕ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਜੋ ਤਿੰਨ ਵੀਡੀਓ ਤੋਂ ਤੁਹਾਨੂੰ ਪਤਾ ਚੱਲ ਗਿਆ ਵੀ ਇਕਨੋਮਿਕ ਤੇ ਨਾਨ ਇਕਨੋਮੀ ਐਕਟੀਵਿਟੀ ਕਿਹਨੂੰ ਕਹਿੰਦੇ ਆ ਇਕਨੋਮਿਕ ਐਕਟੀਵਿਟੀ ਜਿਨ੍ਹਾਂ ਦਾ ਮੁੱਖ ਉਦੇਸ਼ ਕੀ ਹੋਊਗਾ ਪੈਸਾ ਕਮਾਉਣਾ ਹੋਊਗਾ ਜਿਵੇਂ ਆਪਾਂ ਨੂੰ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਪਿਛਲੀ ਵੀਡੀਓ ਚ ਵੀ ਆਪਣੇ ਕੋਈ ਹਾਊਸ ਵਾਈਫ ਹੈ ਠੀਕ ਹੈ ਜੇ ਇਹ ਹੀ ਆਪਣੇ ਰੈਸਟੋਰੈਂਟ ਵਿੱਚ ਕੀ ਕਰਦੀ ਹੈ ਕੰਮ ਕਰ ਰਹੀ ਹੈ ਉਹ ਤਾਂ ਉੱਥੇ ਮੁੱਖ ਉਦੇਸ਼ ਪੈਸਾ ਕਮਾਉਣਾ ਹੈ ਜੇ ਇਹ ਆਪਣੇ ਘਰ ਲਈ ਖਾਣਾ ਬਣਾ ਰਹੀ ਹੈ ਘਰ ਉਹ ਕਿਉਂਕਿ ਆਪਣੀ ਨਾਨ ਇਕਨੋਮੀ ਐਕਟੀਵਿਟੀ ਓਕੇ ਫਰੈਂਡਸ ਸੋ ਅੱਜ ਦਾ ਟੌਪਿਕ ਜਿਹੀਂ ਪਰੇ ਕੰਪਲੀਟ ਹੋਤਾ ਹੈ ਨੈਕਸਟ ਟੌਪਿਕ ਨੈਕਸਟ ਵੀਡੀਓ ਮੈਂ